ਸਵੇਰ ਤੋਂ ਪੈ ਰਹੇ ਭਾਰੀ ਮੀਂਹ ਦੇ ਕਾਰਨ ਪੰਜਾਬ ਹਿਮਾਚਲ ਸੀਮਾ ਤੇ ਬਸੇ ਜੈਜੋ ਦੁਆਬਾ ਦੇ ਵਿੱਚ ਆਏ ਹੜ੍ਹ ਵਿੱਚ ਇੱਕ ਇਨੋਵਾ ਗੱਡੀ ਰੁੜ ਗਈ ਅਤੇ ਕੁਝ ਦੂਰ ਜਾ ਕੇ ਝਾੜੀਆਂ ਦੇ ਵਿੱਚ ਫਸ ਗਈ। ਗੱਡੀ ਦੇ ਵਿੱਚ ਸਵਾਰ 11 ਬੰਦਿਆਂ ਵਿੱਚੋਂ ਇੱਕ ਨੂੰ ਬਚਾ ਲਿਆ ਗਿਆ, ਜਦੋਂ ਕਿ ਉਸ ਦੇ ਨਾਲ ਸਵਾਰ 10 ਬੰਦੇ ਲਾਪਤਾ ਹੋਏ ਹਨ, ਜਿਨ੍ਹਾਂ ਦੇ ਵਿੱਚੋਂ 9 ਦੀਆਂ ਲਾਸ਼ਾਂ ਥੋੜੀ ਥੋੜੀ ਦੂਰ ਤੋਂ ਬਰਾਮਦ ਕਰ ਲਈਆਂ ਗਈਆਂ ਹਨ। ਮਰਨ ਵਾਲੇ ਇੱਕੋ ਪਰਿਵਾਰ ਦੇ ਨਾਲ ਸੰਬੰਧਿਤ ਹਨ। ਪਿੰਡ ਦੇ ਲੋਕਾਂ ਵੱਲੋਂ ਦੀਪਕ ਨਾਮ ਦੇ ਇੱਕ ਵਿਅਕਤੀ ਨੂੰ ਬਚਾ ਲਿਆ ਗਿਆ ਹੈ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਵਿੱਚ ਸਵਾਰ ਵਿਅਕਤੀ ਇੱਕ ਹੀ ਪਰਿਵਾਰ ਦੇ ਨਾਲ ਸੰਬੰਧਿਤ ਸਨ ਅਤੇ ਇਹ ਸਾਰੇ ਹਿਮਾਚਲ ਪ੍ਰਦੇਸ਼ ਦੇ ਪਿੰਡ ਦੇਲਾ ਮਹਿਤਪੁਰ ਤੋਂ ਨਵਾਂ ਸ਼ਹਿਰ ਵਿਆਹ ਲਈ ਜਾ ਰਹੇ ਸਨ। ਪੁਲਿਸ ਅਤੇ ਪਿੰਡ ਵਾਸੀਆਂ ਵੱਲੋਂ ਰੁੜੇ ਗਏ ਵਿਅਕਤੀ ਦੀ ਭਾਲ ਜਾਰੀ ਹੈ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਉੱਚ ਅਧਿਕਾਰੀਆਂ ਅਤੇ ਕੁਦਰਤੀ ਆਫਤਾ ਪ੍ਰਬੰਧਕ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਹਨ, ਪਰ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਨੇ ਰਾਹਤ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਪਾਣੀ ਜਦੋਂ ਤੁਸੀਂ ਆਏ ਤਾਂ ਪਾਣੀ ਦਾ ਬਹਾਵ ਕਿੱਦਾਂ ਸੀ? ਉਸ ਟਾਈਮ ਤੋਂ ਇਹਨਾਂ ਨੂੰ ਪੁੱਛੋ, ਥੋੜਾ ਜਿਹਾ ਇੱਥੇ ਸਥਾਨਕ ਹੈ, ਇਹਨਾਂ ਨੂੰ ਜ਼ਿਆਦਾ ਪਤਾ ਜੀ। ਮੇਰੇ ਕੋਲ ਤਾਂ ਮੈਂ ਥੋੜੀ ਪਾਣੀ ਦਾ ਬਹਾਵ 20 ਮਿੰਟ ਪਹਿਲੇ ਪੁੱਛੋ। ਵੋਟਾਂ ਮੰਗ ਕੇ ਚਲੇ ਜਾਂਦੇ ਆ, ਮੁੜ ਕੇ ਕੋਈ ਇੱਥੇ ਵੜਦਾ ਨੀ, ਨਾ ਕੋਈ ਇੱਥੇ ਪੁੱਛ ਗਿਆ। ਕਿੰਨੇ ਜਣੇ ਸੀ ਜਦੋਂ ਤੁਸੀਂ ਦੇਖਿਆ ਜਦੋਂ ਗੱਡੀ? ਮੈਂ ਤਾਂ ਹੁਣੇ ਆਈ ਆ, ਹੁਣੇ ਆਇਆ ਜੀ। ਸੁਣਿਆ ਕਿ 11 ਬੰਦੇ ਸੀਗੇ ਜੀ, ਇੱਕ ਬੱਚਿਆ ਤੇ ਬਾਕੀ ਉੜ ਗਿਆ, ਤੇ ਬਾਕੀ 5 ਕੁ ਲਾਸ਼ਾਂ ਲੱਭੀਆਂ ਕਹਿੰਦੇ, ਬਾਕੀ ਅਜੇ ਕੋਈ ਪਤਾ ਨੀ ਕੌਣ ਕਿੱਥੇ।